ਅਸੀਂ ਪਿਛਲੇ 17-18 ਦਿਨ ਤੋਂ ਜਿਸ ਦਿਨ ਦਾ ਲੋਕਡਾਊਨ ਹੋਇਆ ਜੀ, ਰੋਜ਼ 3000 ਤੋਂ ਲੈ ਕੇ 4000 ਤੱਕ ਉਹਦਾ ਖਾਣਾ ਰੋਜ਼ ਬਣ ਰਿਹਾ। ਔਰ ਸਾਡੇ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਲੀਡਰਸ਼ਿਪ ਹੈ ਸੈਂਟਰ ਹਲਕੇ ਦੀ, ਉਹ ਘਰ ਘਰ ਜਾ ਕੇ ਖਾਣਾ ਵੰਡ ਰਹੀ ਹੈ। ਕੌਂਸਲਰ ਸਾਹਿਬਾਨ ਲੱਗੇ ਨੇ, ਮੰਡਲ ਪ੍ਰਧਾਨ ਲੱਗੇ ਨੇ, ਹੋਰ ਵੀ ਸਾਡੇ ਸਾਰੇ BJP ਦੇ ਕਾਰਜਕਰਤਾ ਉਹ ਘਰ ਘਰ ਜਾ ਕੇ ਰਾਸ਼ਨ ਦੇ ਰਹੇ ਨੇ। ਔਰ ਮੈਂ ਇੱਥੋਂ ਜਿਹੜਾ ਹੈਗਾ ਵੇ ਡੇਲੀ ਕੌਂਸਲਰ ਦੇ ਘਰ ਖਾਣਾ ਭੇਜ ਦਿੱਤਾ, ਡਿਵਾਈਡ ਹੋ ਰਿਹਾ। ਮੌਜੂਦਾ ਸਰਕਾਰਾਂ ਦੀ ਇਸ ਟਾਈਮ ਬਹੁਤ ਬੁਰਾ ਹਾਲ ਹੈ ਜੀ, ਇੱਥੇ ਇੰਨਾ ਵਿਤਕਰਾ ਹੋ ਰਿਹਾ ਹੈ। ਸਾਡੇ ਇਸ ਏਰੀਏ ਦੇ ਸੁਰਿੰਦਰ ਡਾਬਰ MLA ਨੇ, ਔਰ ਉਹਨਾਂ ਨੇ ਪਰਚੀਆਂ ਬਣਾਈਆਂ ਨੇ ਅਫਸਰਾਂ ਦੇ ਨਾਲ ਮਿਲ ਕੇ, ਉਹਨਾਂ ਲੋਕਾਂ ਨੂੰ ਦੇ ਰਹੇ ਨੇ ਜਿਹਨਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈਗੀ। ਜਿਹੜੇ ਜ਼ਰੂਰਤਮੰਦ ਬੰਦੇ ਲੋਕ ਨੇ, ਉਹ ਤੁਹਾਡੇ ਸਾਹਮਣੇ ਦੇਖੋ ਆ ਕੇ ਲੋਕ ਕਿੱਦਾਂ ਇੱਥੇ ਆ ਕੇ ਰੌਲਾ ਪਾ ਰਹੇ ਨੇ, ਔਰ ਮੈਂ ਤਾਂ ਉਹਨਾਂ ਨੂੰ ਦੇ ਕੇ ਭੇਜਿਆ। ਇਹ ਸੁਰਿੰਦਰ ਡਾਬਰ ਜੀ ਨੂੰ ਚਾਹੀਦਾ ਵੇ ਵੀ ਉਹਨਾਂ ਲੋਕਾਂ ਨੂੰ ਦਿਓ ਜਿਹਨਾਂ ਨੂੰ ਜ਼ਰੂਰਤ ਹੈ। ਤੁਸੀਂ ਉਹਨਾਂ ਦੇ ਘਰ ਭਰੀ ਜਾ ਰਹੇ ਹੋ ਜਿਹਨਾਂ ਨੂੰ ਆਲਰੇਡੀ ਜਿਹਨਾਂ ਦੇ ਘਰ ਸਮਾਨ ਪਿਆ ਹੋਇਆ। ਮੇਰੀ DC ਸਾਹਿਬ ਅੱਗੇ ਵੀ ਪ੍ਰਾਰਥਨਾ, ਮੈਂ ਕੱਲ੍ਹ ਵੀ ਕੀਤੀ ਸੀ ਵੀ ਇਹ ਜਿਹੜਾ ਜਿੰਨਾ ਵੀ ਪੰਜਾਬ ਸਰਕਾਰ ਵੱਲੋਂ ਰਾਸ਼ਨ ਆ ਰਿਹਾ, ਉਹ ਕੌਂਸਲਰ ਨੂੰ ਨਾ ਦਿੱਤਾ ਜਾਵੇ, MLA ਨੂੰ ਨਾ ਦਿੱਤਾ ਜਾਵੇ, ਉਹ ਆਪਣੇ ਨਾਲ ਬੰਦੇ ਲੈ ਕੇ ਆਪਣੇ ਸਰਕਾਰੀ ਜਿਹੜੀ ਟੀਮ ਹੈ ਉਹਨਾਂ ਨੂੰ ਨਾਲ ਲੈ ਕੇ ਡਿਸਟ੍ਰੀਬਿਊਟ ਕੀਤਾ ਜਾਵੇ।